स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड छन्ना गुलाब सिंह वाला, ये पिंड भदौड़ दे बिल्कुल नेड़ है ते जिला इहनू बरनाला पैंदा, इहनू तहसील तपा लगदी है। दसो भदौड़ तो 4-5 किलोमीटर साइड ते हटवां पिंड, जिहड़े घर चों वीडियो बना रहे दसो भाई वपार दा काम करदा ते इहदे कोल रूटीन च गावां विक्री वालियां आउंदियां। वैसे दसो एक बाई का समाल फार्म समझ लो जां लार्ज फार्म समझ लो, इस साइड ते आपदे घरे रखे हुए पशु है ते इस फार्म नू उरले पासे नू जिधरों आपां वीडियो बना रहे इस साइड नू डिवेलप कर रहे बाई अगे वधा रहे। सो विक्री वाले नाग अज जिहड़े आ दसो उहदे च इक तां इह इक नगीना ही है एच एफ नसल दा, बहुत सोहनी वच्छी जिहड़ी तुहानू सामने खड़ी दिखाउणी है। इह तों बिना एक जर्सी है दसो ते इक थोड़ा क्रॉस अंग च वैड है। सो आपां तीन नाग दिखावांगे, तुसीं वीडियो नूं एंड तक देखियो, जिहड़ा पशु तुहानूं जच गया उहदी तसल्ली कर लिओ, जे आ के तुहाडी समझ दे नाल तुसीं सौदा करना, नंबर स्क्रीन ते बाई दा चलदा रहूगा। आओ पहलां क्रॉस वाले पक्ष तों ते लास्ट ते जिहड़ी मैं डायमंड कहा जिहनूं जिहड़ी वैड मैनूं ब्रीड वाइज भी ते ढांचे ते भी सोहणी लगी उहदे बारे गल्लबात करांगे। बाई सति श्री अकाल। सति श्री अकाल बाई। गुरप्रीत अज बाई अपने कोल तीन नाग। हां जी बाई। पहले नंबर ते वैड किन्नवां सूआ? इहदे मन भी पहला सूआ जी। ਚਾਰ ਦੰਦ ਆ ਇਹ। ਠੀਕ ਹੈ। ਤੇ ਕੋਈ 18-19 ਕਿਲੋ ਦੁੱਧ ਦੇਣੇ ਦੇਣਾ ਗਾ। ਠੀਕ ਹੈ। ਤੇ ਡੰਗ ਦਿਹਾੜੀ ਚ ਇਹਦਾ ਡਿਲੀਵਰੀ ਹੋ ਜਾਣੀ ਆ। ਕੀ ਰੇਟ ਰਹੂਗਾ? ਰੇਟ ਦਾ 55,000 ਰੁਪਏ ਲੈਣ ਦੇਣ ਜੀ। ਤੋਰੀ ਬਾਈ। ਸੋ ਦੱਸੋ 55,000 ਰੇਟ ਹੈ, ਦਿਹਾੜੀ ਡੰਗ ਲਊਗੀ ਸੂਨ ਦੇ ਵਿੱਚ ਤੇ ਦੁੱਧ ਜਿਹੜਾ ਬਾਈ ਦੀ ਤੱਕ ਹੈ ਚੰਗੀ ਸੇਵਾ ਨਾਲ ਤੁਸੀਂ 18 ਕਿਲੋ ਵੀ ਚੋਲੋਗੇ, ਪਰ ਰੇਟ ਨੂੰ ਜੇ ਦੇਖਦੇ ਹਾਂ ਤੇ ਤੁਸੀਂ 15-16 ਕਿਲੋ ਵੀ ਮੰਨ ਕੇ ਚੱਲਿਓ ਤਾਂ ਵੀ ਤੁਹਾਨੂੰ ਇਹ ਫਾਇਦੇਮੰਦ ਰਹਿਣੀ ਹੈ। ਥੋੜ੍ਹਾ ਕਰੋਸ ਅੰਗ ਵੈੜ ਹੈ, ਥਣ ਹੱਥੀ ਚਵਾਈ ਵਾਲੇ ਰੱਖੂਗੀ, ਚਾਰੇ ਥਣ ਮਿਲਕਿੰਗ ਵਾਲੇ ਬਹੁਤ ਸੋਹਣੇ ਹੈ, ਉਹ ਤੋਂ ਬਿਨਾਂ ਕਰੋਸ ਵੈੜਾਂ ਦੇ ਥੋੜ੍ਹੀਆਂ ਸ਼ਾਖਾਂ ਕਈ ਵਾਰਾਂ ਐਕਸਟਰਾ ਜਿਹੜਾ ਉਹ ਲੱਗੇਗਾ ਦਿਸ ਜਾਂਦੀਆਂ ਉਹ ਇਹਦੇ ਹੈਗੀਆਂ, ਪਰ ਜਿਹੜੇ ਚਵਾਈ ਵਾਲੇ ਥਣ ਹੈ ਉਹਨਾਂ ਦਾ ਸਾਈਜ ਬਹੁਤ ਸੋਹਣਾ ਹੱਥੀ ਚਵਾਈ ਵਾਲਾ। ਸੋ ਸਟਰਕਚਰ ਇਹਦਾ ਤੁਸੀਂ ਦੇਖ ਰਹੇ ਹੋ, ਹਵਾਨਾ ਜਿੰਨਾ ਕੁ ਬਣਿਆ ਉਹ ਵੀ ਤੁਸੀਂ ਵੀਡੀਓ 'ਚੋਂ ਦੇਖ ਲਿਆ। ਵਾਜਬ ਜਿਹਾ ਰੇਟ ਦੋਸਤੋ 55,000 ਹੈ, ਜਿਹਨੂੰ ਜਚੇ ਉਹ ਵੀਰ ਕਾਲ ਕਰਿਓ। ਇੱਕ ਜਰਸੀ ਬਾਈ ਨੇ ਵੇਚਣੀ ਹੈ, ਕਿੰਨਵਾਂ ਸੂਆ ਗੁਰਪ੍ਰੀਤ ਬਾਈ? ਇਹ ਦੂਜਾ ਸੂਆ ਜਗੀਤ ਵੀਰੇ, ਪਹਿਲੇ ਸੂਏ ਜਾਣੀ ਕਿ ਇਹਨੇ 20 ਕਿਲੋ ਦੁੱਧ ਦਿੱਤਾ। ਠੀਕ ਹੈ। 20 ਕਿਲੋ ਥੋੜਾ ਟਾਈਮ ਦਿੱਤਾ, 19 ਕਿਲੋ ਜ਼ਿਆਦਾ ਟਾਈਮ ਦਿੱਤਾ। ਕਿੰਨਾ ਚਿਰ ਲਊ ਸੋਨ 'ਚ? ਇਹਦੇ ਹਾਲੇ 7 ਦਿਨ ਬਾਕੀ ਪਏ ਆ ਜੀ। ਹਾਲੇ ਕੀ ਡਿਮਾਂਡ ਰੱਖਾਂਗੇ? ਇਹਦਾ 82,000 ਰੁਪਇਆ ਜੀ। ਖੋਲੀ ਬਾਈ। ਸੋ ਦੋਸਤੋ 82,000 ਡਿਮਾਂਡ ਹੈ ਜਰਸੀ ਬਰੀਡ ਦੂਜਾ ਸੂਆ। ਹਵਾਨਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਹੈ, ਤੋਰ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਆ, ਥੋੜ੍ਹਾ ਭੱਜੂਗੀ। ਵੈਸੇ ਇਹ ਦੱਸੋ ਇੱਥੇ ਖੁੱਲ੍ਹੀਆਂ ਛੱਡਣ ਦਾ ਮੂਡ ਸੀ, ਪਰ ਕਿਉਂਕਿ ਪਸ਼ੂ ਖੁੱਲ੍ਹਾ ਥੋੜ੍ਹਾ ਮਸਤੀ ਕਰਦਾ। ਬਹੁਤ ਸੋਹਣਾ ਰੰਗ ਦੱਸੋ ਲਾਲੀ ਦੇ ਵਿੱਚ ਹੈ, ਹਵਾਨਾ ਪਛਾਣ ਨੂੰ ਵੀ ਚੰਗਾ, ਹਜੇ 10 ਦਿਨ ਲੈਂਦੀ ਹੈ, ਕੋਈ ਪੁੜਾ ਨਹੀਂ ਨਵਾਇਆ ਇਹਨੇ। ਸੋ ਦੱਸੋ ਦੇਖੋ ਇਹਦਾ ਢਾਂਚਾ ਰੰਗ ਰੂਪ ਇਹਦਾ ਵੈੜ ਦਾ ਬਹੁਤ ਸੋਹਣੀ, ਜਿਹੜੇ ਕਿਸੇ ਘਰੇ ਰੱਖਣ ਵਾਲੇ ਵੀਰ ਨੇ ਲੈਣੀ ਆ ਇੱਦਾਂ ਠੰਡੀ ਠੁੰਡੀ ਬਹੁਤ। ਠੀਕ ਹੈ। ਸੋ ਦੋਸਤੋ ਠੰਡੀ ਸੀਲ ਫੁੱਲ ਹੈ, 82,000 ਇਹਦਾ ਰੇਟ ਹੈ, ਅਤੇ ਜਰਸੀ ਗਾਵਾਂ 'ਚੋਂ ਰੰਗ ਰੂਪ ਵੱਲੋਂ ਵੀ ਵੱਖਰੀ ਦਿਸਦੀ ਹੈ, ਲਾਲੀ ਵਾਲਾ ਰੰਗ ਹੈ ਦੋਸਤੋ, ਬਰਾਊਨ ਰੰਗ ਦੇ ਵਿੱਚ, ਅਤੇ ਬਾਕੀ ਬਰੀਡ ਵੀ ਇਹਦੀ ਸੋਹਣੀ ਹੈ। ਬਾਕੀ ਤੁਸੀਂ ਇਹਦੇ ਤੋਂ ਬੱਚੇ ਲੈ ਸਕਦੇ ਹੋ, ਜਰਸੀ ਨਸਲ ਤਿਆਰ ਕਰ ਸਕਦੇ ਹੋ, ਸਟਰਕਚਰ ਇਹਦਾ ਬਹੁਤ ਚੰਗਾ। ਇਹ ਤੋਂ ਬਿਨਾਂ ਇੱਕ ਐਚ ਐਫ ਦੱਸੋ ਬਹੁਤ ਸੋਹਣੀ। ਗੁਰਪ੍ਰੀਤ ਬਾਈ ਇਹ ਕਿੰਨਵਾਂ ਸੂਆ ਸੁਣਦੀ? ਇਹ ਪਹਿਲਾ ਸੂਆ ਵੀਰੇ, ਯਾਨੀ ਕਿ 11 ਤਰੀਕ ਨੂੰ ਅਗਲੀ ਨੂੰ ਦਿਨ ਪੂਰੇ ਆ। ਅਗਲੀ 11? ਹਾਂ, ਅੱਜ ਇਹਦੇ 18 ਤਰੀਕ ਹੈ, 12 ਦਿਨ ਇਹ ਰੱਖ ਲਾ ਤੇ 11 ਉਹ 22-23 ਦਿਨ ਪਏ। 22-23 ਦਿਨ ਬੰਦੇ ਆ। ਠੀਕ ਹੈ। ਤੇ ਦੰਦਾਂ ਦੀ ਇਹ 2 ਦੰਦਾਂ। ਠੀਕ ਹੈ। ਰਵਾਂਡਾ ਦੀ ਇਹ ਆਪਾਂ ਤੇ 41-27 ਦੇ ਲੱਗਿਆ ਬਾਈ। ਠੀਕ ਹੈ। ਠੀਕ ਹੈ ਨਾ। ਰੇਟ ਕੀ ਰਹਿਣਾ ਇਹਦਾ? ਰੇਟ ਇਹਦਾ 3,20,000 ਲਵਾਂਗੇ ਜੀ। ਠੀਕ ਹੈ। ਸੋ ਦੱਸੋ ਦੇਖੋ ਬੈਡ ਅਰਮਾਡਾ ਬੋਲਦੀ ਹੈ ਬਾਈ ਕਹਿੰਦਾ ਤੇ 41-27 ਇਹਦੇ ਲੱਗਾ, ਜੇ ਦਿਖਾ ਲੂ ਸੌਖੇ ਤਾਂ ਦਿਖਾ ਦੂੰਗੀ। ਸੋ ਦੱਸੋ 2 ਦੰਦ ਬਾਈ ਦੱਸਦਾ ਵੀ ਇਹ ਮੂੰਹ ਦੇ ਵਿੱਚੋਂ 22-23 ਦਿਨ ਪਏ ਆ ਸੂਨ ਦੇ ਵਿੱਚ। ਸੋ ਦੋਂਦੀ ਵੱਛੀ ਦੱਸੋ ਓਕੇ ਹੋ ਗਈ ਬਾਈ ਸਹੀ। ਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ, ਬਹੁਤ ਸੋਹਣੀ ਬਿਊਟੀ ਹੈ ਇਹਦੀ। ਹਵਾਨਾ 22-23 ਦਿਨ ਪਹਿਲਾਂ ਹੀ ਦੇਖ ਲਿਓ ਵੀ ਇਹਦਾ ਕਿੰਨਾ ਕੁ ਤਿਆਰ ਆ, ਵੇਖ ਸਕਦੇ ਹੋ ਇਹਦੇ ਫੇਸ ਦੀ ਬਿਊਟੀ, ਇਹਦਾ ਬੋਡੀ ਵੇਟ ਨੋਟ ਕਰਿਓ ਦੱਸੋ ਕਿੰਨਾ ਕੁ ਹੈਗਾ ਵੈਟ ਦਾ। ਹਵਾਨਾ ਕਰਮ ਵਾਲੀ ਹੁਣ ਵੀ ਤਕੜਾ ਤਿਆਰ ਕਰੀ ਬੈਠੀ ਹੈ, ਫਿਕਸ ਹਵਾਨਾ ਰੱਖੂ, ਥੱਲੇ ਨੂੰ ਨਹੀਂ ਆਉਂਦਾ ਹਵਾਨਾ, ਜਿੰਨਾ ਖੋਲੂਗੀ ਉਹ ਪੱਟਾਂ ਦੇ ਸੰਨ 'ਚ ਹੀ ਖੋਲੂਗੀ। ਸੋ ਕੁਆਲਿਟੀ ਇਹਦੀ ਤੁਸੀਂ ਦੇਖ ਸਕਦੇ ਹੋ, ਘੁਮਾ ਲਿਆ ਬਾਈ ਵਾਪਸ।
ਉਹ ਇਹ ਦੱਸੋ ਬਹੁਤ ਸੋਹਣੀ ਵੈਡ ਲਾਸਟ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਸਟਰਕਚਰ ਵਾਈਜ ਬਿਊਟੀ ਵਾਈਜ ਬੜੀ ਪਿਆਰੀ ਹੈ ਉਮੀਦ ਆ ਬਹੁਤ ਸੋਹਣਾ ਦੁੱਧ ਦਿਓ 3,20,000 ਰੇਟ ਆ ਬਈ ਤੈਨੂੰ ਫੇਰ ਕਮਾ ਲੈ ਕਿਹੜਾ ਸੋ ਇਹਦੀ ਬਿਊਟੀ ਤੁਸੀਂ ਫੇਰ ਦੇਖ ਸਕਦੇ ਹੋ ਸੋ ਟੋਪ ਦੀ ਵੈੜ ਤੁਹਾਨੂੰ ਦਿਖਾ ਰਿਹਾ ਦੱਸੋ ਪਹਿਲਣ ਸੁਣਦੀ ਹੈ ਦੋ ਦੰਦ ਹਜੇ 22-23 ਦਿਨ ਪਏ ਅਤੇ ਹਵਾਨਾ ਹੁਣੇ ਨੋਟ ਕਰਿਓ ਭਲਵਾਨਾ ਵਾਲੀ ਇਹਦੀ ਤੋਰ ਆ ਅਤੇ ਉੱਦਾਂ ਦਾ ਹੀ ਇਹਦਾ ਜਿਹੜਾ ਉਹ ਸਟਰਕਚਰ ਹੈ ਇਹਦਾ ਸਰੀਰ ਹੈ ਉਹ ਕਾਫੀ ਚੰਗਾ ਥਾਨ ਖੋਲੂਗੀ ਬਿਊਟੀ 'ਚ ਵੀ ਚੰਗੀ ਰਹਿਣੀ ਹੈ ਬਰੀਡ ਵਾਈਜ਼ ਤਾਂ ਸੋਹਣੀ ਇਹ ਦਿਸਦੀ ਹੈ ਸੋ ਇਹ ਨਾਗ ਅੱਜ ਦੀ ਵੀਡੀਓ 'ਚ ਵਿਕਰੀ ਵਾਲੇ ਸੀ ਦੋਸਤੋ ਜਿਹਦੇ 'ਚ ਇੱਕ ਜਰਸੀ ਇਹ ਤੋਂ ਬਿਨਾਂ ਇਹ ਐਚ ਐਫ ਇਹ ਤੋਂ ਬਿਨਾਂ ਇੱਕ 55,000 ਰੇਟ ਬਾਈ ਨੇ ਰੱਖਿਆ ਕ੍ਰੋਸ ਬਰੀਡ ਵੈਡ ਵੀ ਹੈਗੀ ਹੈ ਉਹ ਵੈਸੇ ਬਹੁਤ ਬੰਦਿਆਂ ਨਾਲ ਹੋਈ ਜਾਂਦੀ ਆ ਵੀ ਆ 66 ਲੱਗਿਆ ਹਰੇਕ ਹੀ ਕਹਿਣ ਦਾ ਠੀਕ ਹੈ ਪਰ ਜਿਹੜਾ ਲੱਗਿਆ ਵਾ ਆਪਾਂ ਉਹੀ ਕਹਿਣਾ ਹੁੰਦਾ ਠੀਕ ਹੈ ਹੁਣ 40-41 ਲੱਗਾ ਇਹ ਤਾਂ ਮੈਂ ਵਰਲਡ ਵਾਈਡ ਦਾ ਹੀ ਪਤਾ ਏ ਵੀ ਐਸ ਦਾ ਹੀ ਪਤਾ ਆਪਾਂ ਡੀਕੇ ਦਾ ਲਾਉਂਦਾ ਜਿਹੜੇ ਦਾ ਮਰਜ਼ੀ ਲੈ ਦੇਈਏ ਸਹੀ ਹੈ ਉਹ 'ਚ ਪਤਾ ਕੀ ਗੱਲ ਆ ਬੰਦਾ ਦੋ ਬੁਨਿਆਦਾਂ ਲੈ ਕੇ ਚੱਲ ਪੈਂਦਾ ਵੀ ਯਾਰ ਇੱਕ ਤਾਂ ਹੈਗੀ ਇੱਕ 80 ਹੋ ਗਈ ਸਹੀ ਹੈ ਕੋਈ ਵੀ ਵੀਰ ਇੱਦਾਂ ਦਾ ਕੰਮ ਨਾ ਕਰਿਆ ਸਹੀ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਇਹਦੇ ਸੀਮਨ ਜਿਹੜਾ ਉਹ ਨੋਰਮਲ ਹੀ ਲੱਗਾ 66 ਨਹੀਂ ਲੱਗਾ ਕੋਈ ਇਹ ਆਸ ਕਈ ਵਾਰ ਬੰਦਾ ਰੱਖ ਲੈਂਦਾ ਵੀ ਚਲੋ ਗਾਂ ਮਹਿੰਗੀ ਖਰੀਦ ਲਾਂਗੇ ਨੇ ਪੱਕਾ ਹੀ ਵੱਛੀ ਦੇਣੀ ਹੈ ਵੱਛੀ ਤੁਹਾਡੀ ਕਰਮਾਂ ਦੀ ਹੈ ਉੱਧਰ ਨੂੰ ਲੈ ਚੱਲੀ ਬਾਈ ਬਾਈ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜਾ ਵੀਰ ਇਵੇਂ ਕਹਿ ਕੇ ਵੇਚਦਾ ਹੈ ਵੀ ਅਗਲੇ ਦਾ ਦਿਲ ਦੋ ਵਾਰ ਟੁੱਟਦਾ ਸੋ ਇਹ ਚੀਜ਼ਾਂ ਨਾ ਕਰਿਆ ਕਰੋ ਸੋ ਜਿਹਨੂੰ ਚੰਗੀ ਲੱਗੇ ਦੱਸੋ ਵੈਡ ਤਾਂ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਇਹਦਾ ਰੇਟ 3,20,000 ਹੈ ਬਾਕੀ ਜਿੱਦਾਂ ਦੀ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਉੱਦਾਂ ਦਾ ਤੁਹਾਨੂੰ ਪਸ਼ੂ ਇੱਥੋਂ ਬਾਈ ਕੋਲੋਂ ਮਿਲ ਜਾਣਾ 55 ਤੋਂ ਰੇਟ ਇਸ ਵੀਡੀਓ ਦਾ ਸ਼ੁਰੂ ਹੈ ਅਤੇ ਜਿਹਦੇ 'ਚ ਇੱਕ ਇਹ ਗਾਂ ਜਰਸੀ ਵੈਡ 82,000 ਡਿਮਾਂਡ ਬਾਈ ਨੇ ਇਹਦੀ ਰੱਖੀ ਹੈ ਇਹ ਵੀ ਤੁਸੀਂ ਖਰੀਦ ਸਕਦੇ ਹੋ ਸੋਹਣੇ ਰੰਗ ਰੂਪ ਦੀ ਹੈ ਆ ਕੇ ਤੁਸੀਂ ਦੇਖ ਲਓ ਜੇ ਅਤੇ ਐਚ ਐਫ ਨੂੰ ਤਾਂ ਵੀਰ ਤੋਰ ਹੀ ਰਿਹਾ ਦੱਸੋ ਇਹਦਾ ਤੁਸੀਂ ਦੇਖ ਸਕਦੇ ਹੋ ਢਾਂਚਾ ਜਿਹੜਾ ਉਹ ਭਲਵਾਨਾ ਵਾਲਾ ਸੋ ਦੱਸੋ ਵੈਸੇ ਇਹ ਖੁੱਲ੍ਹੀਆਂ ਰਹਿੰਦੀਆਂ ਗਾਵਾਂ ਫਾਰਮ ਦੀ ਇਹ ਬਰੀਡ ਹੈ ਜਿਹੜੀ ਹੁਣ ਤੁਸੀਂ ਤੁਰਦੀ ਦੇਖ ਰਹੇ ਉਹਨੂੰ ਖੁੱਲ੍ਹੀ ਛੱਡਤਾ ਇਹ ਮਸਤੀ ਕਰੂਗੀ ਆਪਦੀ ਇੱਥੇ ਭੱਜੂ ਨੱਸੂਗੀ ਨਾਲ ਹੀ ਜਰਸੀ ਵੀ ਜਿਹੜੀ ਇੱਥੇ ਖੁੱਲ੍ਹੀ ਛੱਡ ਦੇਣੀ ਹੈ ਹਾਲਾਂਕਿ ਬੰਨ੍ਹ ਕੇ ਰੱਖ ਸਕਦੇ ਹੋ ਤੁਸੀਂ ਜਰਸੀ ਨੂੰ ਕੋਈ ਦਿੱਕਤ ਨਹੀਂ ਹੈ ਬੰਨ੍ਹ ਕੇ ਕਿਸੇ ਵੀ ਪਸ਼ੂ ਨੂੰ ਰੱਖਿਆ ਜਾ ਸਕਦਾ ਪਰ ਉਹਦੀਆਂ ਉਹਦਾ ਸੁਭਾਅ ਖੁਸ਼ ਰਹੇ ਉਹਦੇ ਲਈ ਖੁੱਲ੍ਹਾ ਛੱਡਣਾ ਜ਼ਰੂਰੀ ਆ ਦੂਜਾ ਉਹਦੀਆਂ ਰਿਕੁਆਇਰਮੈਂਟ ਤੁਸੀਂ ਪੂਰੀਆਂ ਕਰਨੀਆਂ ਜਿਹੜੀਆਂ ਨਿਊਟ੍ਰੀਸ਼ਨ ਰਿਕੁਆਇਰਮੈਂਟ ਹੁੰਦੀਆਂ ਪਸ਼ੂ ਨੂੰ ਤੱਤ ਚਾਹੀਦੇ ਖੁਰਾਕੀ ਉਹ ਤੁਸੀਂ ਦੇਣੇ ਆ ਸੋ ਦੇਖੋ ਦੱਸੋ ਇਹ ਹੁਣ ਭੱਜਦੀਆਂ ਨੱਸਦੀਆਂ ਵਹਿੜਾਂ ਤੁਸੀਂ